ਸੜਕ ਬਣਦੀ ਪਈ ਆ? ਅੱਛਾ, ਪੱਕੀ ਸੜਕ ਬਣਦੀ ਪਈ ਆ? ਸੜਕ ਪੱਕੀ ਬਣਦੀ ਪਈ ਆ ਜਨਾਬ? ਬਈ ਸੜਕਾਂ ਦੀ ਗੱਲਾਂ ਕਰੀਏ, ਨਵੀਂ ਸੀਗੀ? ਨਹੀਂ, ਟੁੱਟੀ ਹੋਈ ਸੀ। ਘਰ ਦਾ ਲੈਂਡਰ ਤਾਂ 50 ਸਾਲ ਟੁੱਟਦਾ, ਸੜਕ ਕਿਵੇਂ ਟੁੱਟ ਜਾਂਦੀ ਆ? 20 ਸਾਲ ਬਾਅਦ ਬਣੀ ਆ ਮੁਹੱਲੇ ਦੇ ਭਾਈ ਧੰਨ ਭਾਗ ਆ, 20 ਸਾਲ ਬਾਅਦ ਬਣ ਗਈ ਆ ਇਹ। ਲੈ ਵੀ ਗੱਲ ਨਹੀਂ ਜਾਗੀ, ਅਸੀਂ ਚੱਲਦੇ ਚੱਲਦੇ ਜਿੱਥੇ ਰੁਕ ਜਾਈਦਾ ਅਤੇ ਗੱਲਬਾਤ ਕਰ ਲਈ ਦੀ ਹੈਗੀ ਆ। ਆਹ ਸੜਕਾਂ ਜਿਹੜੀਆਂ ਸਾਰੇ ਸ਼ਹਿਰ ਦੀਆਂ ਪੱਟੀਆਂ ਜਾ ਰਹੀਆਂ ਨੇ, ਸਾਡੇ ਇਲਾਕੇ ਦਾ ਕੌਂਸਲਰ ਦਾ ਪੈਸੇ ਹੀ ਖਾ ਗਿਆ, 2 ਸਾਲ ਬਾਅਦ ਬਜਰੀ ਨਿਕਲੀ ਉਹਦੇ ਵਿੱਚੋਂ ਯਾਰ। ਪਹਿਲੇ ਕਿਸੇ ਪਾਰਟੀ ਸੀ, ਹੁਣ ਨਵੀਂ ਪਾਰਟੀ 'ਚ ਵੜ ਗਿਆ ਉਹ। ਹੈਂ, ਉੱਧਰੋਂ ਖਤਰਾ ਦੱਸਿਆ, ਇੱਧਰ ਆ ਗਿਆ, ਕਹਿੰਦਾ ਆਪਦਾ ਪੈਸੇ ਖਾਣੇ ਜੀ, ਆਪਾਂ ਪੈਸੇ ਬਣਾਉਣੇ ਹੈਗੇ ਆ। ਹਾਂ, ਜਾਣੀ ਕਿ ਪਹਿਲੇ ਇੱਧਰ ਸੀ ਤੇ ਉੱਧਰ ਆ ਗਿਆ, ਪਹਿਲੇ ਪਹਿਲੇ ਐਂ ਸੀ ਤੇ ਹੁਣ ਐਂ ਆ ਗਿਆ, ਜਾਂ ਕੁਛ ਵੀ ਹੋਵੇ। ਐਂ ਕਹਿਣ ਦਾ ਮਤਲਬ ਹੈਗਾ ਵੀ ਚੱਲ ਗੱਲ ਵੀ ਦੇਖ ਲਓ, ਜਾ ਰਹੇ ਇੱਕ ਮਿੰਟ ਲੱਗਣਾ ਹੈਗਾ, ਅਤੇ ਖੜੀ ਗਏ ਹੈਗੇ ਪ੍ਰਧਾਨ ਜੀ, ਪੁੱਛਦੇ ਕੀ ਕਹਿੰਦੇ ਹੈਗੇ ਆ, ਫਿਰ ਆਪਾਂ ਚੱਲਦੇ ਅੱਗੇ ਹੈ। ਚੱਲ ਦਿਖਾ ਯਾਰ, ਆਹ ਘੁਮਾਰ ਮੰਡੀ ਦਿਖਾ ਦਿਓ, ਉੱਤੋਂ ਪਿੱਛੇ ਵਿਖਾ ਦੇ, ਆਹ ਘੁਮਾਰ ਮੰਡੀ ਆ ਯਾਰ, ਆਹ ਘੁਮਾਰ ਮੰਡੀ ਆ। ਹੋਰ ਬਾਬੀ ਕੀ ਹਾਲ ਚਾਲ ਹੈ? ਲੈ ਤੁਹਾਡੇ ਬਾਜ਼ਾਰ 'ਚ ਅਸੀਂ ਆ ਗਏ ਅੱਜ, ਹੋਰ ਕੀ ਹਾਲ ਚਾਲ ਹੈ? ਬਾਬੀ ਮੁਸਕਰਾਤੇ ਹੋ, ਹਮ ਤਾਂ ਚਲਦੇ ਚਲਦੇ ਬਾਤ ਕਰਾਂਗੇ। ਆਹ ਦੇਖੋ ਜੀ, ਘੁਮਾਰਾਂ ਦਾ ਜਿੱਥੇ ਸੀਗਾ ਪਹਿਲੇ ਜਿੰਨਾ ਸੀਗਾ, ਅੱਜ ਵੀ ਕੁਛ ਘਰ ਬਾਕੀ ਨੇ। ਦੱਸ ਰਹੇ ਨੇ ਵੀ ਇੱਥੇ ਜਿਹੜਾ ਸੀ ਘੁਮਾਰ ਮੰਡੀ ਕਿਉਂ ਪਈ ਸੀ, ਅੱਜ ਵੀ ਘੁਮਾਰਾਂ ਦੇ ਘਰ ਇੱਥੇ ਹੈਗੇ ਆ ਪ੍ਰਜਾਪਤੀ। ਚਲੋ, ਇੱਥੇ ਘੁਮਾਰ ਮੰਡੀ ਸੀਗੀ ਪਹਿਲਾਂ, ਪਰਿਵਾਰ ਸੀਗੇ ਪੁਰਾਣੇ ਘੁਮਾਰਾਂ ਦੇ, ਰਹਿੰਦੇ ਸੀ ਇੱਥੇ। ਅੱਛਾ, ਹੁਣ ਸਾਰੇ ਬਿਜ਼ਨਸ ਘੁਮਾਰ ਬਰਾਦਰੀ ਨੂੰ ਪੈਸੇ ਚਾਰ ਬਚਦੇ ਨਹੀਂ ਅੱਜ ਕੱਲ, ਸਿਰਫ ਦੀਵਾਲੀ ਦੀਵਾਲੀ ਨੂੰ ਹੁੰਦਾ ਜਿਹੜਾ ਸੀਜ਼ਨ, ਥੋੜਾ ਬਹੁਤਾ ਕਾਰੋਬਾਰ ਹੈ। ਹੁਣ 2 ਕੁ ਪਰਿਵਾਰ ਰਹਿ ਗਏ ਜਿਹੜੇ ਘੁਮਾਰਾਂ ਦਾ ਕੰਮ ਕਰਦੇ ਆ, ਤੇ ਆਹ ਇੱਕ ਸਾਹਮਣੇ ਦੁਕਾਨ ਹੈਗੀ ਆ ਗਲੀ ਦੇ ਬਾਹਰ ਜਾ ਕੇ, ਬਾਕੀ ਸਾਰੇ ਦੂਜਾ ਕਾਰੋਬਾਰ। ਹਾਂ, ਸਾਰਿਆਂ ਨੇ ਆਪਣਾ ਆਪਣਾ ਕੰਮ ਸ਼ੁਰੂ ਕਰਤਾ ਹੋਇਆ ਆ ਸਾਰੀ, ਪਰ ਓਦਾਂ ਕਹਿਣ ਨੂੰ ਪੌਰਸ਼ ਇਲਾਕਾ ਹੈ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਆਹ ਸਾਡੀ ਜਿਹੜੀ ਗਲੀ ਹੈ ਇਹ ਟੁੱਟ ਗਈ ਸੀਗੀ, ਆ ਹੁਣ ਜਿਹੜੀ ਤੁਸੀਂ ਟਰਾਲੀ ਦਿਖਾਈ ਹੈ ਮਲਵਾ ਲੈ ਕੇ ਜਾ ਰਹੇ, ਥੋੜਾ ਜਿਹਾ ਹੋਰ ਅੱਗੇ ਲੈ ਕੇ ਜਾਊਂਗਾ ਤੁਹਾਨੂੰ। ਦਿਖਾਓ ਜੀ, ਦਿਖਾਓ। ਹੁਣ ਇਹ ਜਿਹੜੀ ਗਲੀ ਹੈ, ਹਾਂਜੀ ਹਾਂਜੀ, ਇਹਦੇ ਵਿੱਚ ਬੇਸਿਕ ਮੁਸੀਬਤ ਹੈਗੀ ਹੈ ਸੀਵੇਜ ਦੀ ਸਮੱਸਿਆ ਦੀ। ਅੱਛਾ ਅੱਛਾ, ਸੀਵੇਜ ਦੀ ਸਮੱਸਿਆ ਆ ਦੇਖੋ, ਇੱਥੇ ਵੀ ਟੁੱਟੀ ਹੋਈ ਹੈ, ਸੀਵੇਜ ਦੇ ਆਸ ਪਾਸ ਟੁੱਟੀ ਹੋਈ ਹੈ, ਕਿਉਂਕਿ ਸੀਵੇਜ ਦੇ ਵਿੱਚ ਹੌਦੀਆਂ ਹੁੰਦੀਆਂ, ਸਾਰਾ ਇਹ ਖਰਾਬ ਹੋ ਜਾਂਦਾ। ਜਿਹੜਾ ਪਾਈਪ ਹੈਗਾ ਇੱਕ ਸੀਵੇਜ ਦਾ, ਉਹ ਛੋਟਾ ਪਿਆ ਹੋਇਆ, ਆਬਾਦੀ ਜ਼ਿਆਦਾ ਹੋ ਗਈ ਹੈ ਮੁਹੱਲੇ ਦੀ, ਘੁਮਾਰ ਮੰਡੀ ਦੀ, ਅਤੇ ਜ਼ਿਆਦਾ ਹੋਣ ਕਰਕੇ ਪਾਈਪਾਂ ਛੋਟੀਆਂ ਪੈਂਦੀਆਂ। ਤਾਂ ਦਿੱਕਤ ਤਾਂ ਸੀਗੀ ਸਾਡੀ ਵੀ ਅਸੀਂ ਸੀਵੇਜ ਦੀ ਪਾਈਪ ਵੱਡੀ ਪਵਾਈਏ, ਨਵੀਂ ਪਵਾਈਏ, ਵੱਡੀ ਪਵਾਈਏ। ਹੁਣ ਹੋ ਇਹ ਰਿਹਾ ਵੀ MLA ਸਾਹਿਬ ਦੀ ਘਰਵਾਲੀ ਆਉਂਦੇ ਆ ਥੋੜ੍ਹੇ ਦਿਨ ਪਹਿਲਾਂ, ਬੋਲੇ 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 ਸਾਰੀ ਗਾਲੀਆਂ ਪੱਟਦੀਆਂ ਵੀ, ਮਾਂ ਵੀ ਵਾਹ ਬਈ, ਬਜਰੀ ਬਜਰੀ ਕਰਦੇ ਉਸਤਾਦ ਜੀ, ਹੈ ਵਧਾਈਆਂ ਬਾਬੂ ਜੀ, ਉਹ ਸੜਕਾਂ ਬਣਨ ਲੱਗੀਆਂ ਨਵੀਆਂ। ਹਾਂ, ਤੇ ਕਹਿੰਦੇ ਪਾਣੀ ਪੂਣੀ ਬੜਾ ਖੜ ਜਾਂਦਾ, ਪਾਣੀ ਦੀ ਬੜੀ ਪ੍ਰੋਬਲਮ ਆ, ਸਿਵਰੇਜ ਕਹਿੰਦੇ ਛੋਟਾ ਹੈਗਾ, ਉਹ ਸਿਵਰੇਜ ਤੋਂ ਸਿਵਰੀ ਮੋਟੇ ਵੱਡੀਆਂ ਪਾਈਪਾਂ ਪਾਈ ਕੇ ਪਾਈਆਂ ਨੇ, ਕਿਸੇ ਇੰਜੀਨੀਅਰ ਤੋਂ ਚੈੱਕ ਕਰਾਈਆਂ ਨੇ? ਇਹ ਨਹੀਂ ਪਤਾ ਸਾਨੂੰ ਉਹਦੇ ਬਾਰੇ, ਇੰਜੀਨੀਅਰ ਵੀ ਚੈੱਕ ਕਰਦੇ ਨਾ ਅੱਗੇ, ਜਿਹੜਾ ਹੁੰਦਾ ਵੀ ਇਹ 'ਚ ਪਾਣੀ ਇੰਨਾ ਮਿਲਣ 'ਚ ਆਉਂਦਾ ਵਾ, ਇਹ ਪ੍ਰੋਬਲਮ ਆਉਂਦੀ ਹੈਗੀ ਆ। ਨਹੀਂ, ਜਦ ਤੱਕ ਪਾਣੀ ਦੀ ਪ੍ਰੋਬਲਮ ਨਹੀਂ ਆ ਰਹੀ, ਹਾਂ ਜਦ ਤੱਕ ਕਰਕੇ ਗਈ ਗਲੀ ਕਿੱਦਾਂ ਪਾਉਂਦੇ ਦੇਖੋ, ਉਹ ਕਿੰਨੀ ਮਜ਼ਬੂਤ ਸੜਕ ਆ ਯਾਰ, ਓਏ ਪੜਦੇ 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 ਬੜੀ ਜਿਹੜੇ ਗਲੀਆਂ 'ਚ ਨਾ ਉੱਥੇ ਆਉਂਦੀ ਨਹੀਂ, JCB ਆਉਂਦੀ ਨਹੀਂ, ਬੜਾ ਔਖਾ ਹੁੰਦਾ ਹੈਗਾ ਵਾ। ਅਤੇ ਹੁਣ ਜਿਹੜੇ ਤੁਸੀਂ ਕਹਿੰਦੇ ਵੀ ਜਿਹੜਾ ਪਾਣੀ ਜਿਹੜਾ ਵਿੱਚ ਘਰਾਂ 'ਚ ਬੜੀ ਥੋੜ੍ਹਾ ਕਰਕੇ ਦਿਖਾ ਉੱਧਰ, ਉਹ ਨੀਵੇਂ ਦੇਖੋ, ਉਹਦੇ ਉਹ ਹੀ ਲੈਣਾ ਬਰਾਬਰ ਹੋ ਗਏ ਨਾ, ਘਰ ਜਿਹੜੀ ਸੜਕ ਆ ਉਹਦੇ ਘਰ ਆ, ਪਾਣੀ ਅੰਦਰ ਜਾਊਗਾ ਯਾਰ। ਕਈਆਂ ਕੋਲ ਨਹੀਂ ਪੈਸੇ ਹੈਗੇ ਘਰ ਬਣਾਉਣ ਦੇ ਲਈ, ਅਤੇ ਘਰ ਜਿਹੜੇ ਹੈਗੇ ਆ ਸੜਕ ਤੋਂ ਜਾਣੇ ਗਏ, ਨੀਵੇਂ ਕਰਤੇ ਸੜਕ, ਉੱਚੀ ਕਰਤੀ, ਪਾਣੀ ਘਰਾਂ 'ਚ ਵੜਦਾ ਪਿਆ ਵਾ। ਹਾਂ, ਦੱਸੋ ਯਾਰ, ਦੱਸੋ ਭਰਾ ਜੀ, ਦੱਸੋ, ਅੱਜ ਦਿਖਾ ਦਿਓ ਯਾਰ, ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਆਪਣੇ ਹਿਸਾਬ ਨਾਲ ਬੋਲੀ ਜਾਣ ਰਹੇ ਹਾਂ,
ਅਸੀਂ ਤਾਂ ਕਹਿੰਦੇ ਭਾਈ ਸਹੀ ਚੀਜ਼ ਬਣੇ ਪੈਸੇ ਲੱਗਦੇ ਆ ਜਿਸ ਵੇਲੇ। ਦੋ ਚੀਜ਼ਾਂ ਦਿਖਾਉਣ ਵਾਲੀਆਂ, ਇੱਕ ਤਾਂ ਆ ਜਾ ਰਹੀ ਹੈ ਪਾਈਪ, ਹਾਂਜੀ ਹਾਂਜੀ, ਇਹ ਹੈਗੀ ਹੈ ਪਾਣੀ ਦੀ ਪਾਈਪ। ਅੱਛਾ ਜੀ, ਇਹ ਥੋੜ੍ਹੇ ਜਿਹੇ ਨੀਵੇਂ ਹੀ ਆ ਬਸ, ਦੇਖੋ ਸੀਵੇ ਦਾ ਢੱਕਣ ਹੈ ਅਤੇ ਇਹਦੇ ਨਾਲ ਬਿਲਕੁਲ ਪਾਣੀ ਦਾ ਪਾਈਪ ਪਿਆ ਹੈ। ਅਤੇ ਮੁਸੀਬਤ ਕੀ ਆਉਂਦੀ ਹੈ, ਕਿਉਂਕਿ ਲੇਅਰ ਜਿਹੜੀ ਹੈ ਸੜਕ ਦੀ, ਗਲੀ ਦੀ, ਉਹ ਸੀਮੈਂਟ ਦੀ ਸੀਗੀ, ਅਤੇ ਇਹ ਥੋੜ੍ਹੇ ਥੋੜ੍ਹੇ ਕਰਕੇ ਨਾ ਇਹ ਪਾਣੀ ਰਿਸ ਜਾਂਦਾ, ਫਿਰ ਗੰਦਾ ਪਾਣੀ, ਮਿੱਟੀ ਵਾਲਾ ਪਾਣੀ ਰਿਸ ਕੇ ਘਰਾਂ ਜਾਂਦਾ। ਇੱਕ ਸਮੱਸਿਆ ਤਾਂ ਹੈਗੀ ਆ ਪਾਈਪ ਦੀ ਜਿਹੜੀ ਗਲਤ ਪਈਆਂ ਨੇ। ਇੱਕ ਜਿਹੜੀ ਬੇਸਿਕ ਸਮੱਸਿਆ ਹੈ ਇੱਥੇ ਸਾਰੀ ਕੁਮਾਰ ਮੰਡੀ ਦਾ, ਜਿਹੜਾ ਸੀਵੇਜ ਹੈ ਬਲੋਕ ਰਹਿੰਦਾ। ਹੁਣ ਉਹ ਸੀਵੇਜ ਬਲੋਕ ਰਹਿਣ ਕਰਕੇ ਅਤੇ ਗੰਦਾ ਪਾਣੀ ਜਿਹੜਾ ਹੈ ਸੀਵੇਜ ਦੇ ਢੱਕਣਾਂ ਤੋਂ ਬਾਹਰ ਆਉਂਦਾ ਅਤੇ ਗਲੀ ਸਾਰੀ ਐਂ ਪਾਣੀ ਪਾਣੀ ਹੁੰਦੀ ਹੈ, ਗਲੀ ਦੁਆਰਾ ਬਣਾ ਕੇ ਜਾਣੀ ਹੈ। ਇਹ 70-80 ਲੱਖ ਦਾ ਪ੍ਰੋਜੈਕਟ ਹੈ। ਗਲੀ ਉੱਪਰ ਲੇਅਰ ਪਾ ਜਾਣਗੇ ਸੀਮੈਂਟ ਦੀ, ਦੁਆਰਾ ਲਿਸ਼ਕੂ ਪਿਸ਼ਕੂ ਕੰਮ ਹੋ ਗਿਆ। ਸਮੱਸਿਆ ਦਾ ਜਿਹੜੀ ਸੀਵੇਜ ਦੀ, ਉਹ ਤਾਂ ਫੇਰ ਵੀ ਠੇਕੇਦਾਰ ਨਾ ਪੁੱਛਿਆ, ਕਿਹੜੇ ਠੇਕੇਦਾਰ ਦਾ? ਠੇਕੇਦਾਰ ਮੈਨੂੰ ਦਿਖਿਆ ਹੀ ਨੀ ਕਿੱਥੇ ਆ। ਬੋਰਡ ਲਾਣ ਲਿਖਿਆ ਤੁਸੀਂ, ਜਾਂ ਇੱਥੇ ਨਾ ਰੋਲਾ ਪਾ ਵੀ ਬੋਰਡ ਲੱਗੇ, ਜੇ ਨਹੀਂ ਬੋਰਡ ਲੱਗਦਾ ਸਾਨੂੰ ਬੁਲਾ ਲਿਓ ਵੀ ਠੇਕੇਦਾਰ ਨਾ ਦੱਸਿਆ ਜਾਵੇ ਇਹ ਕਿਹੜਾ ਮਟੀਰੀਅਲ ਲਗਾਇਆ ਜਾਂਦਾ ਵਾ। ਤੁਸੀਂ ਯਾਰ ਥੋੜ੍ਹੇ ਪੜ੍ਹੇ ਲਿਖੇ ਬੰਦੇ ਹੈਗੇ, ਥੋੜ੍ਹੇ ਯਾਰ ਕਿਹੜਾ ਮਟੀਰੀਅਲ ਲੱਗਦਾ ਵੀ ਇੱਥੇ, ਅਤੇ ਕੀ ਯਾਨੀ ਕਿੰਨੀ ਮੋਟਾਈ ਹੋਊਗੀ ਇਹਦੀ, ਸਾਰਾ ਕੁਝ ਪੁੱਛੋ। ਮਟੀਰੀਅਲ ਹਲੇ ਆਇਆ ਹੀ ਨਹੀਂ ਹੈ, ਮੈਂ ਤਾਂ ਅਸੀਂ ਤਾਂ ਮੱਲੇ ਵਾਲਿਆਂ ਨੇ ਹੁਣ ਸੋਚ ਲਿਆ, ਹੁਣ ਪਤਾ ਨਹੀਂ ਹਲੇ ਤਾਂ ਪੱਟ ਰਹੇ ਹੈ। ਜੇ ਆਉਣ ਵਾਲੇ ਸਮੇਂ ਦੇ ਵਿੱਚ ਸੀਵੇਜ ਦੀ ਪਾਈਪਾਂ ਨਹੀਂ ਲਗਾਉਣਗੇ ਫਿਰ ਤਾਂ ਅਸੀਂ ਉਗਰ ਪ੍ਰਦਰਸ਼ਨ ਕਰਾਂਗੇ। ਸਾਨੂੰ ਉਮੀਦ ਹੈ ਵੀ ਇਹ ਸੀਵੇਜ ਦੀ ਪਾਈਪਾਂ ਦੁਆਰਾ ਪਾਣਗੇ, ਪਰ ਹਲੇ ਅਸੀਂ ਕਹਿ ਰਹੇ ਵੀ ਚਲੋ ਪੱਟ ਲਓ, ਕੋਈ ਨਹੀਂ ਪੱਟ ਲਓ ਪੱਟ ਲਓ, ਹਲੇ ਦੇਖ ਰਹੇ ਹਾਂ ਅਸੀਂ ਵੀ ਕੀ ਕਰਦੇ ਆ। ਬਾਬੂ ਜੀ ਇਹਨੇ ਤੁਹਾਡੇ ਅੰਜੂ ਰਵਾ ਦੇਣੇ ਤੇ 6 ਮਹੀਨੇ ਨਹੀਂ ਬਣਾਉਣੀ ਇਹਨਾਂ ਨੇ, ਤੁਸੀਂ ਪ੍ਰੋਟੈਸਟ ਕਰੋ ਤਾਂ ਸਹੀ, ਫਿਰ ਤੁਸੀਂ ਆਪੇ ਕਹਿਣਾ ਮੱਲਿਆ ਨੇ ਉਹ ਯਾਰ 3 ਬੰਦੇ ਨੇ ਕੰਮ ਖਰਾਬ ਕੀਤਾ, ਸਾਡੇ ਤਾਂ ਸੜਕ ਬੰਦ ਹੀ ਪਈ ਸੀਗੀ। ਉਸੇ ਕਰਦੇ ਨੇ ਵਕੀਲ ਸਾਹਿਬ, ਇੱਕ ਹੋਰ ਚੀਜ਼ ਹੈ, ਆਹ 20 ਦਿਨਾਂ ਬਾਅਦ ਚੋਣ ਜਾਬਤਾ ਲੱਗ ਜਾਣਾ, ਤੁਹਾਨੂੰ ਲੱਗਦਾ ਕੁਮਾਰ ਮੰਡੀ ਦੀਆਂ ਸੜਕਾਂ ਆਹ ਗਲੀਆਂ ਬਣ ਜਾਣਗੀਆਂ 20 ਦਿਨਾਂ ਵਿੱਚ? ਮੈਨੂੰ ਤਾਂ ਨਹੀਂ ਲੱਗਦਾ, ਸਾਰੇ MLA ਲੱਗੇ ਹੋਏ ਨੇ, ਸਾਰੇ ਲੱਗੇ ਕਿੱਥੋਂ ਆਏ? ਬਸ ਸਰਕਾਰ ਕੋਲ ਤਨਖਾਹ ਦੇਣ ਲਈ ਪੈਸਾ ਨਹੀਂ ਹੈ, DC ਆਫਿਸ ਵਾਲਿਆਂ ਨੇ ਉਹ ਕੀਤਾ ਹੋਇਆ, ਪੈਨਸ਼ਨ ਦਫ਼ਤਰ ਜਾਓ ਉੱਥੇ ਉਹਨਾਂ ਨੇ ਲਿਖ ਕੇ ਲਗਾਇਆ ਹੋਇਆ ਵੀ ਸਾਡੀ ਮੁਕੰਮਲ ਸਟ੍ਰਾਈਕ ਹੈ, ਅਸੀਂ ਕੰਮ ਹੀ ਨਹੀਂ ਕਰ ਰਹੇ ਕਿਉਂਕਿ ਤਨਖਾਹ ਨਹੀਂ ਹਰੀ 3 ਮਹੀਨੇ ਤੋਂ। ਦੇਖੋ ਕਿੰਨੇ ਪੈਸੇ ਲੱਗਦੇ ਬਾਈ, ਆਪਾਂ ਘਰ ਤੇ ਲੈਂਟਰ ਪਾਉਣਾ, ਆਪਣੇ ਚੋਲਾ ਹਿੱਲ ਜਾਂਦੇ, ਚੋਲਾ ਇੰਨੇ ਪੈਸੇ ਲੱਗਦੇ, ਆਪਾਂ ਸੋਚਦੇ ਹਾਂ ਸੀਮੈਂਟ ਲਾ ਕੇ ਰਿਪੇਅਰ ਕਰ ਲਈਏ ਆਪਾਂ, ਦੇਖੋ ਛੋਟੀਆਂ ਛੋਟੀਆਂ ਸੜਕਾਂ ਨੇ ਯਾਰ। ਉਹ 4000 ਪੰਟੀ ਆਪਾਂ ਕੀ ਲੈਣਾ, ਉਹ ਦਿਖਾ ਦੇ ਯਾਰ, ਦਿਖਾ, ਪੁੱਛ ਲਓ ਜਰਾ ਕੀ ਪ੍ਰੋਜੈਕਟ ਕਰਨਾ। ਹਾਂ ਚਲੋ, ਇਹ ਵਿਚਾਰੇ ਨੂੰ ਕੀ ਪਤਾ, ਠੇਕੇਦਾਰ ਤਾਂ ਹੋਣਾ ਨਹੀਂ ਕੋਈ। ਉਹ ਕਿਆ ਹਾਲ ਹੈ? ਆਹ ਹਾ ਹਾ ਹਾ, ਵਾਹ ਵੀ ਵਾਹ, ਕਮਾਲ ਹੈ, ਹੈਂ ਖੜਕਾ ਦੀ ਆਪ ਲੋਕ ਨੇ, ਮਿਹਨਤ ਸੇ ਕੰਮ ਕਰਤੇ ਹੋ, ਹੈਂ ਪੱਕਾ ਪੱਕਾ ਤਾਂ। ਹੋਰ ਜੇ ਕਿਆ ਸੜਕ ਬਣਾ, ਕਿਆ ਕਰਨਾ ਹੈ? ਅੱਛਾ ਸੜਕ ਬਣਾਉਣਾ ਹੈ, ਕਿੰਨੇ ਦਿਨ ਮੈਂ ਬਣ ਜਾਏਗਾ? 10-15 ਦਿਨ ਲੱਗ ਜਾਏਗਾ ਵੀ। ਚਲੋ ਚਲੋ ਯਾਰ, ਹਮਨੇ ਕਹਿ ਲੈਣਾ ਇੱਧਰ ਆਉਣਾ। ਉਹ ਯਾਰ ਪਤਾ ਗੱਲ ਕੀ ਹੈਗੀ ਹੈ, ਆਹ ਦੇਖੋ ਯਾਰ, ਆਹ ਵਾਰ ਰੋਲਾ ਜਿਹਾ ਪਾਉਂਦੇ ਹੈਗੇ, ਪਤਾ ਨਹੀਂ ਕੀ ਕਰਦੇ ਹੈਗੇ ਯਾਰ, ਹੈਂ ਘਰ ਦਾ ਲੈਂਟਰ ਦਾ 100 ਸਾਲ ਨਹੀਂ ਟੁੱਟਦਾ, ਸੜਕ ਆਪਣਾ 5 ਸਾਲਾਂ 'ਚ ਟੁੱਟ ਜਾਂਦੀ ਹੈਗੀ ਹੈ ਲੈਂਟਰ, ਜਿਹੜਾ ਲੈਂਟਰ ਹੀ ਪਾਉਂਦੇ ਆ ਇਹ, ਬਿਲਕੁਲ ਸਹੀ ਕਰ ਰਹੇ, ਅਤੇ 5 ਸਾਲਾਂ 'ਚ ਕਿਉਂ ਟੁੱਟ ਜਾਂਦਾ ਇਹ? ਹਾਂ ਸੋਚਣ ਵਾਲੀ ਗੱਲ ਆ ਉਸਤਾਦ, ਸੋਚੋਗੇ ਤਾਂ ਗੱਲ ਬਣੂਗੀ, ਨਹੀਂ ਤਾਂ ਬੜੋਗੇ ਬੜੋਗੇ ਬੜੋਗੇ। ਹੈਂ ਚੱਲ ਚੱਲੀਏ ਓਏ।